वाहिगुरु जी का खालसा वाहिगुरु जी की फतेह। पंजाब दे लोको आपां वेख्या कल परसों एक वीडियो आउंदी आ सारयां दे सामने ते उहदे विच साडे इधर साडे इलाके दे विच तुहानूं बावरोला कहिंदे आ तुहाडे विच उहनूं कोई चक्कर गोला कह दूगा जां उहनूं कोई कुछ कहिंदा होवे पर उहदे नाल लोकां दे घर बरे ढट्ठे आ तुहानूं वीडियो दे विच विखा दांगे। ते कल इत्थे सुखबीर साहब आए आ ओह 5 लख दा ऐलान करके गए आ ਉਹ ਐਮ ਪੀ ਮਤਲਬ ਆਪਦੀ ਜਿਹੜੀ ਕਹਿ ਲਓ ਐਮ ਪੀ ਕੋਟੇ ਦੇ ਵਿੱਚੋਂ ਅਤੇ ਲੱਖ ਰੁਪਈਆ ਜਿਹੜਾ ਕਹਿ ਕੇ ਗਏ ਆ ਕਿ ਉਹ ਮੈਂ ਆਪਦੇ ਕੋਲੋਂ ਲਾਊਂਗਾ। ਹੁਣ ਮੈਂ ਪਹਿਲਾਂ ਤਾਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਨਹੀਂ ਪਤਾ ਵੀ ਜਿਹੜਾ ਇਹ ਕਹਿ ਰਹੇ ਆ ਵੀ 5 ਲੱਖ ਰੁਪਈਆ ਕਹਿ ਰਹੇ ਆ ਔਰ ਜਿਹੜਾ 6 ਲੱਖ ਰੁਪਈਆ ਇਹਨਾਂ ਨੇ ਟੋਟਲ ਕਹਿਤਾ ਹਲੇ ਦੇ ਕੇ ਤਾਂ ਨਹੀਂ ਗਏ ਜੀ ਇੱਥੇ ਹਲੇ ਕਹਿੰਦੇ ਦੇ ਕੇ ਤਾਂ ਨਹੀਂ ਗਏ ਗਏ ਪਰ ਮੈਂ ਇਹ ਕਹਿੰਦਾ ਜੇਕਰ ਤੁਸੀਂ ਦੇਣਾ ਹੀ ਸੀਗਾ ਤਾਂ ਤੁਸੀਂ ਨਾਲ ਦੀ ਨਾਲ ਹੀ ਉਹਨਾਂ ਨੂੰ ਫੜਾ ਦਿੰਦੇ ਤੁਸੀਂ ਨਾਲ ਪੁੱਛੀ ਜਾਂਦੇ ਆ ਵੀ ਆਪਾਂ 5 ਲੱਖ ਦੇ ਸਕਦੇ ਹਾਂ ਤੁਸੀਂ ਡਿਪਟੀ ਸੀਐਮ ਰਹਿ ਚੁੱਕੇ ਆ ਤੁਹਾਨੂੰ ਇਹੀ ਨਹੀਂ ਪਤਾ ਵੀ ਤੁਸੀਂ ਦੇ ਸਕਦੇ ਕਿ ਨਹੀਂ ਦੇ ਸਕਦੇ ਜਿਹੜਾ ਪੈਸਾ ਆਉਂਦਾ ਤੁਹਾਨੂੰ ਉਹ ਜਨਤਾ ਤੇ ਆਉਂਦਾ ਜੇਕਰ ਜਨਤਾ ਤੇ ਨਹੀਂ ਲੱਗ ਸਕਦਾ ਉਹਦਾ ਫਾਇਦਾ ਕੀ ਆ ਮੈਂ ਘਰ ਵੇਖ ਕੇ ਹਟਿਆ ਲੋਕਾਂ ਦੇ ਜਿਹੜਾ ਕਹਿ ਲਓ ਸਾਰੇ ਲਗਭਗ ਮੈਨੂੰ 2 ਘੰਟੇ ਹੋ ਗਏ ਤੁਰੇ ਫਿਰਦੇ ਨੂੰ ਇੱਥੇ ਵੀ ਕਿਹਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਿਹਦਾ ਕਿੰਨਾ ਕੁ ਨੁਕਸਾਨ ਨਹੀਂ ਹੋਇਆ ਟੋਟਲ ਲਗਭਗ ਮੰਨ ਕੇ ਚੱਲੀਏ ਉਹ ਤਾਂ ਤਕਰੀਬਨ 40 ਤੋਂ ਉੱਤੇ ਹੋਇਆ ਆਪਾਂ 50 ਲੱਖ ਦੇ ਨੇੜ ਤੇੜ ਇਹ ਨੁਕਸਾਨ ਮੰਨ ਗਏ ਉੱਥੇ 5 ਲੱਖ ਰੁਪਈਏ ਨਾਲ ਤੁਹਾਡੇ ਨਾਲ ਕੀ ਹੋ ਜਾਊਗਾ ਤੁਸੀਂ ਆਪ ਕਹਿੰਦੇ ਹੁੰਦੇ ਆ ਕਿ ਬਾਦਲ ਸਾਹਿਬ ਆ ਜਿਹੜੇ ਉਹ 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਜੇ ਪੈਨਸ਼ਨਾਂ ਦੀ ਗੱਲ ਕੀਤੀ ਜਾਵੇ ਤੁਹਾਡੀਆਂ ਤਨਖਾਹਾਂ ਦੀ ਗੱਲ ਕੀਤੀ ਜਾਵੇ ਜੇਕਰ ਤੁਸੀਂ ਕੋਈ 2-3 ਤਨਖਾਹਾਂ ਇੱਥੇ ਦੇ ਵੀ ਜਾਂਦੇ ਤਾਂ ਮੈਂ ਤੁਹਾਨੂੰ ਗਾਰੰਟੀ ਦੇ ਨਾਲ ਕਹਿੰਦਾ ਤੁਹਾਡੇ ਘਰੇ ਰੋਟੀ ਤਾਂ ਵੀ ਪੱਕ ਜਾਣੀ ਸੀ ਕੋਈ ਤੁਸੀਂ ਜਿਵੇਂ ਕਹਿ ਲਓ ਕੋਈ ਦਿਹਾੜੀਦਾਰ ਤਾਂ ਹੈ ਨਹੀਂ ਗੇ ਜ਼ਮੀਨਾਂ ਵੀ ਤੁਹਾਡੇ ਕੋਲ ਬੱਸਾਂ ਵੀ ਤੁਹਾਡੇ ਕੋਲ ਹੋਟਲ ਵੀ ਤੁਹਾਡੇ ਕੋਲ ਇਹ ਗੱਲਾਂ ਲੋਕ ਕਹਿੰਦੇ ਆ ਫਿਰ ਵੀ ਤੁਸੀਂ ਇੱਥੇ 1 ਲੱਖ ਰੁਪਈਆ ਦੇਣ ਦੀ ਗੱਲ ਕਰਦੇ ਆ ਮੈਂ ਇੱਥੇ ਆਇਆ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਇੱਥੇ ਜਿਹੜਾ ਫਾਜ਼ਿਲਕਾ ਦਾ MLA ਸੀ ਸਮਣਾ ਉਹ ਫਿਰਦਾ ਸੀਗਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਰਾ ਕੁਛ ਦੇਵੇਂਗਾ ਕਿ ਤੋਰਾ ਫੇਰਾ ਕਰੇਗਾ ਉਹਨੇ ਆਪਦੇ ਬੰਦੇ ਨੂੰ ਕਿਹਾ ਕਹਿੰਦੇ ਨੂੰ ਚੈੱਕ ਵਿਖਾ ਉਹਨੇ ਚੈੱਕ ਵਿਖਾਇਆ ਪਤਾ ਨਹੀਂ 84,000 ਰੁਪਏ ਦਾ ਚੈੱਕ ਕੱਟ ਕੇ ਦੇ ਗਿਆ ਉਹ ਨਾਲ ਇੱਥੇ DC ਮੈਡਮ ਆਏ ਸੀ ਕਹਿੰਦੇ 25,000 ਰੁਪਏ ਉਹ ਦੇ ਗਏ ਫਿਰ ਜਿਹੜਾ ਤਹਿਸੀਲਦਾਰ ਕਹਿੰਦੇ 50,000 ਰੁਪਏ ਉਹਨਾਂ ਨੇ ਕਹਿਤਾ ਉਹ ਵੀ ਦੇ ਰਹੇ ਆ ਉਹ ਕਹਿੰਦੇ ਅਸੀਂ ਜਿਹੜਾ ਇੱਥੇ ਸਮਾਨ ਲੱਗਣਾ ਸੀਮੈਂਟ ਰੇਤਾ ਬਜਰੀ ਉਹ ਅਸੀਂ ਦੇ ਦਾਂਗੇ ਜੇ ਫਿਰ ਗੱਲ ਆਈ ਤਾਂ ਹੋਰ ਜਿਹੜੇ ਇਹਨਾਂ ਦੇ ਮਹਿਕਮੇ ਸੀ ਟੋਟਲ ਉਹਨਾਂ ਨੇ ਮੈਨੂੰ ਗਿਣਾਤਾ ਕਹਿੰਦੇ ਵੀ ਲਗਭਗ ਤਕਰੀਬਨ 2.5 ਲੱਖ ਦੇ ਨੇੜ ਤੇੜ ਉਹਨਾਂ ਨੇ ਪੈਸਾ ਦੇਤਾ ਤੇ ਜਿਹੜਾ ਤੁਹਾਡਾ 5 ਲੱਖ ਆ ਜੇ ਤੁਸੀਂ ਕਹੋ ਵੀ ਉਹ ਕੱਲ ਨੂੰ ਆਊਗਾ ਜਾਂ ਪਰਸੋਂ ਆਊਗਾ ਤੁਹਾਡੇ ਕੋਟੇ ਦੇ ਵਿੱਚ ਤਾਂ ਮੈਂ ਇਹ ਸਮਝਦਾ ਵੀ ਪਹਿਲਾਂ ਤਾਂ ਇਹ ਕਹਾਂ ਵੀ ਤੁਸੀਂ 5 ਲੱਖ ਰੁਪਈਆ ਬਹੁਤ ਦੇ ਗਏ ਆ ਇਹ ਥੋੜਾ ਬਹੁਤਾ ਘੱਟ ਕਰੋ ਐਵੇਂ ਇੰਨੇ ਪੈਸੇ ਨਾਲ ਤੇ ਵਿਚਾਰੇ ਬਾਹਲਾ ਇੱਥੇ ਬਿਲਡਿੰਗਾਂ ਪੈ ਜਾਣਗੀਆਂ 5 ਲੱਖ ਰੁਪਈਆ ਤੁਹਾਡੇ ਕੋਟੇ ਦੇ ਵਿੱਚੋਂ ਮਿਲਣਾ ਜਾਂ ਲੋਕਾਂ ਨੂੰ ਨਹੀਂ ਮਿਲਣਾ ਪਰ ਤੁਹਾਡਾ ਹੱਕ ਬਣਦਾ ਸੀ ਜਿਸ ਤਰ੍ਹਾਂ ਪਰਮਾਤਮਾ ਨੇ ਤੁਹਾਨੂੰ ਪੈਸਾ ਤੁਹਾਨੂੰ ਦੌਲਤ ਦਿੱਤੀ ਹੋਈ ਆ ਉਹਦੇ ਵਿੱਚੋਂ ਜੇਕਰ ਕੋਈ 10 ਲੱਖ ਰੁਪਈਆ ਆਪਦੇ ਕੋਲੋਂ ਲਾ ਜਾਂਦੇ ਤੇ ਮੈਂ ਗਾਰੰਟੀ ਨਾਲ ਕਹਿਣਾ ਤੁਹਾਨੂੰ ਕੋਈ ਘਾਟਾ ਨਹੀਂ ਪੈਣਾ ਸੀਗਾ ਤੁਹਾਨੂੰ ਇੰਨਾ ਚਿਰ ਹੋ ਗਿਆ ਪੰਜਾਬ ਦੇ ਲੋਕਾਂ ਤੋਂ ਖਾਂਦਿਆਂ ਕਾਰਾਂ ਤੁਹਾਡੇ ਕੋਲ ਲੋਕਾਂ ਦੀਆਂ ਦਿੱਤੀਆਂ ਹੋਈਆਂ ਸਿਕਿਉਰਟੀਆਂ ਤੁਹਾਡੇ ਕੋਲ ਲੋਕਾਂ ਦੀਆਂ ਦਿੱਤੀਆਂ ਹੋਈਆਂ ਔਰ ਜਿਹੜੇ ਕਹਿ ਲਓ ਜਿਹੜੇ ਤੁਹਾਡੇ ਕੋਲ ਆਉਂਦੇ ਆ ਇਹ ਲੋਕਾਂ ਦੇ ਦਿੱਤੇ ਹੋਏ ਆ ਤੇ ਜੇਕਰ ਅੱਜ ਇਹਨਾਂ ਲੋਕਾਂ ਦੇ ਨਾਲ ਤੁਸੀਂ ਖੜ ਜਾਂਦੇ ਤਾਂ ਮੈਂ ਕਹਿੰਦਾ ਕੋਈ ਤੁਹਾਨੂੰ ਫਿਰ ਵੀ ਕੋਈ ਘਾਟਾ ਨਹੀਂ ਪੈਣਾ ਸੀ ਉਲਟਾ ਲੋਕਾਂ ਦੇ ਤਾਂ ਮੁੱਲ ਵੀ ਨਹੀਂ ਮੁੜਨਾ ਸੀ ਯਾਦ ਰੱਖ ਲਓ ਗੱਲ ਮੈਂ ਹੁਣ ਇੱਥੇ ਗੱਲ ਇਹ ਵੀ ਕਹਿਦਾ ਹੋ ਸਕਦਾ ਜਿਹੜਾ ਤੁਹਾਡਾ 5 ਲੱਖ ਰੁਪਈਆ ਉਹ ਲੋਕਾਂ ਕੋਲ ਪਹੁੰਚ ਜਾਵੇ ਇਹ ਨਹੀਂ ਪਤਾ ਵੀ ਪਹੁੰਚਣਾ ਕਿਹੜਾ ਕਿਉਂਕਿ ਕਈ ਵਾਰੀ ਅੱਗੇ ਤੁਸੀਂ ਪਾਣੀ ਦੇ ਬੱਸਾਂ ਵੀ ਚਲਾਈਆਂ ਹੁਣ ਜਿਹੜਾ ਤੁਸੀਂ 1 ਲੱਖ ਰੁਪਈਆ ਕਿਹਾ ਜੇਕਰ ਤੁਸੀਂ ਦੇਣਾ ਹੀ ਸੀ ਉਹ ਕੋਲੋਂ ਹੀ ਦੇ ਜਾਂਦੇ ਕੋਈ ਮਤਲਬ ਆਉਣਾ ਕੋਈ ਇੱਥੇ ਉੱਡ ਕੇ ਆਊਗਾ ਜਾਂ ਕੋਈ ਵਾਵਰੋਲਾ ਫਿਰ ਘੱਲੋਂਗੇ ਵੀ ਆਹ ਚੱਕ ਰਿਹਾ ਜਾ ਕੇ ਉਹਨਾਂ ਨੂੰ ਇਹ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵਿੱਚ ਤੁਹਾਡੀ ਇਹ ਗੱਲ ਆਈ ਕਿ ਅਸੀਂ ਜੀ ਸਾਡੀ ਤਾਂ ਹੁਣ ਮੌਕੇ 'ਤੇ ਸਰਕਾਰ ਹੈ ਨਹੀਂ ਇੱਕ ਕੋਈ ਉਸ ਵੀਡੀਓ ਦੇ ਵਿੱਚ ਨੌਜਵਾਨ ਕਹਿ ਰਿਹਾ ਸੀ ਕਿ ਸੁਖਬੀਰ ਸਾਹਿਬ ਜਿਹੜਾ ਕੁਛ ਦੇ ਕੇ ਜਾਣਾ ਹੁਣੇ ਹੀ ਦੇ ਕੇ ਜਾਓ ਐਵੇਂ ਲੋਕੀ ਐਲਾਨ ਕਰੀ ਜਾਂਦੇ ਆ ਸਾਰੇ ਤਾਂ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ ਜੇਕਰ ਵਾਕਈ ਤੁਸੀਂ ਕੁਛ ਦੇਣਾ ਸੀ ਲੱਖ ਹੀ ਦੇਣਾ ਸੀ ਨਾਲ ਦੀ ਨਾਲ ਫੜਾ ਦਿੰਦੇ ਮੀਡੀਆ 'ਚ ਬਿਆਨ ਹੋ ਗਏ ਮੈਂ ਫਿਰ ਤੋਂ ਕਹਿ ਰਿਹਾ ਹੋ ਸਕਦਾ ਤੁਹਾਡੇ ਕੋਲ ਕੁਝ ਆ ਜਾਵੇ ਪਰ ਮੈਂ ਕਹਿੰਦਾ ਇੰਨੇ ਲੋਕ ਬੈਠੇ ਆ ਆਹ ਪਿੱਛੇ ਮੇਰੇ ਲੋਕ ਖੜੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਜਾਂ ਮੈਨੂੰ ਤੁਸੀਂ ਦੱਸ ਦਿਓ ਜੇ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਆਪਾਂ ਵੇਖਿਆ ਜਦੋਂ ਗਰੀਬ ਲੋਕਾਂ ਨੂੰ ਲੈਟਰਿੰਗ ਆਉਂਦੀਆਂ ਜਦੋਂ ਕਹਿੰਦੇ ਫਲਿੱਛਾ ਦੇਤੀ ਜੀ ਕਿੰਨੇ ਪੈਸੇ ਆਉਂਦੇ ਆ 15,000 ਰੁਪਈਆ 15,000 ਰੁਪਈਆ ਆ ਜਾਂਦਾ ਉਹ 15,000 ਰੁਪਈਏ ਦੇ ਵਿੱਚ ਕੀ ਹੁੰਦਾ
लो जी चको पट्टा डिग तो बनाता कहते बन गई फलच बन गई। पर उही फलच जो शहर बाजार च बननी हो सरकारी जगह पर ओदा लखा रुपया आ जाता जो बानी तो फलच है। जेकर गरीब के घर 15,000 की बनती है तो फिर करो सरकारी थान से लखा की क्यों बनती है। हुण यही गल मैं कह रहा गरीबों के घर ढट्ठे पाए इतने तुसी सारे का 5,00,000 रुपया कह गए हैं। तुसी मैनू यह दसो भी जिहड़ा तैयार इतने जिहड़े मकान तैयार होने आ भाई साहब दो कमरे चंगे पाने हो तो तकरीबन लगभग 3,20,000 रुपया लै जाते हैं। तुसी मैनू लगता जां तां प्लेटां नूं पैसे दे के गए होंगे भी कमरे तो साथों पैने नहीं तुसी चाहे ला के इतों थोड़ियां जिहियां पाइपां जिहियां ते ओह तुसी प्लेटां पा लो जां तां इह कह के होंगे। इन्हां दा कहना मैं इत्थे हुण सारिआं नूं कहना चाहूँगा कि जदों 2020 दे विच जहरीली शराब दे नाल मौत होई सी लोकां दी तो उत्थे तुहाडी पार्टी सारियां पार्टियां ने जाके उत्थे आपदा राजनीतिक ढोल वजाया सी। ते मैं तुहानूं उदों भी कहा सीगा इन्हां दे कोले आउण नालों और इन्हां दा जिहड़ा ढोल वजाउण नालों चुप करके सारियां पार्टियां उन्हां दे बच्चियां नूं सांभ लैण जिन्हां दे घर मैं कहूँगा जहरीली शराब दे नाल लगभग 150-200 दे तकरीबन मौत होईआं सी भी उन्हां दे जिहड़े परिवार आ तुसीं सांभ लो। पर राजनीति करी गए कुछ नहीं होया किसी पार्टी ने बाँह नहीं फड़ी। अज मैं तुहानू सारिया पार्टियां नू आख रहा चाहे वह अकाली दल होवे चाहे वह कांग्रेस होवे चाहे वह बीजेपी होवे चाहे वह झाड़ू वाले होण जिहड़ा बंदा हक्का वह इन्हां नू सारिआं नू आपदा कट्ठे होकर तुसीं कोई 5-5 लाख रुपया पाओ। पहली गल मेरे हिसाब दे नाल तां जे तुहानू 50 लाख रुपया कही जाना तुसीं लो खाता इत्थों सरपंच दा लाओ एक उहदा बंदा चंगा ला दो भी हाँ भाई असीं इन्ने दिनां च मकान मुकम्मल लैणे आ भी आ चुको साडी सारी पार्टियां दा पैसा इकट्ठा होके आ गया। पर रौला इत्थे की आ कि थोनू राजनीतिक रोटियां मिल जाणगियां वह सेक लो वधिया रहोगे। सुखबीर साहब नू इन्नी कु बेनती करनी चाहुंदा कि तुसीं आ गए भी तुहाडा धन्नवाद आ पर जिहड़ा तुसीं 5 लाख कही जांदे कि आपां MP-ship चों वरत सकदे हां कि नहीं मेरे वीर जी कोई गल नहीं वरत सकण नू की आ तुहाडा पैसा MP तुसीं आ कि कोई दूजा बंदा मैनू इह दसो पहले तां तुसीं कहो 5 लाख नहीं 15 लाख रुपया लाओ इत्थे। जेकर अज पिंड ते विपता पई आ इह पिंड तुहाडे नाल खड़दे रहे आ ਤੁਹਾਡੇ ਬਜ਼ੁਰਗਾਂ ਦੇ ਨਾਲ ਖੜਦੇ ਰਹੇ ਆ ਤੇ ਅੱਜ ਪਿੰਡ ਨਾਲ ਤੁਸੀਂ ਖੜੋ ਅੱਜ ਤੁਹਾਡਾ ਹੱਕ ਬਣਦਾ। ਮੈਂ ਸਾਰੀਆਂ ਪਾਰਟੀਆਂ ਨੂੰ ਕਹਿ ਰਿਹਾ ਕਿ ਤੁਹਾਡਾ ਜਿਹੜਾ ਬਣਦਾ ਯੋਗਦਾਨ ਆ ਉਹ ਇੱਥੇ ਪਾ ਕੇ ਜਾਓ ਇੱਥੇ ਜੇਕਰ 50 ਲੱਖ ਲੱਗਦਾ ਤਾਂ 60 ਲੱਖ ਦੇ ਕੇ ਜਾਓ ਜੇਕਰ 60 ਲੱਖਦਾ ਤਾਂ 70 ਲੱਖ ਰੁਪਈਆ ਇਕੱਠਾ ਕਰਕੇ ਦਿਓ। ਅਤੇ ਮੈਂ ਪੰਜਾਬ ਦੇ ਕੁਝ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਸਰਕਾਰ ਨੇ ਬਾਂਹ ਫੜ ਲਈ ਤਾਂ ਠੀਕ ਆ ਨਹੀਂ ਤਾਂ ਕੋਈ ਨਾ ਕੋਈ ਵੀਰ ਇੱਥੇ ਆ ਕੇ ਆ ਮਾਹੌਲ ਵੇਖ ਜਾਓ। ਗਰੀਬ ਲੋਕਾਂ ਦੇ ਮਕਾਨ ਢੱਠੇ ਪਏ ਆ ਕਿੰਨਾਂ ਨੇ ਇੱਥੇ ਠੇਕੇ 'ਤੇ ਜ਼ਮੀਨ ਲਈ ਸੀ ਆ ਭਰਾ ਨੇ ਇੱਥੇ ਸਰੋਂ ਬੀਜੀ ਸੀ ਉਹ ਜਿਹੜੀ ਸਰੋਂ ਸੀ ਜਿਹਨੂੰ ਤੁਸੀਂ ਗੋਲ ਚੱਕਰਵਰਤੀ ਕਹਿ ਲਓ ਚਾਹੇ ਸਾਡੀ ਬੋਲੀ 'ਚ ਬਾਬਰੋਲਾ ਕਹਿ ਲਓ ਉਹ ਡਾ ਕੇ ਲੈ ਗਿਆ ਇਹਨਾਂ ਦੀ ਉਹ ਸਰੋਂ ਹੀ ਨਹੀਂ ਲੱਭੀ ਉਹ ਕਿੱਥੇ ਨਹੀਂ ਗਈ ਜਾਂ ਕਿੱਥੇ ਨਹੀਂ ਗਈ। ਗਰੀਬ ਲੋਕਾਂ ਦਾ ਬਹੁਤ ਘਾਣ ਹੋਇਆ ਉਹਨਾਂ ਨਾਲ ਧਿਆਨ ਦੇ ਦਿਓ ਮੇਰੀ ਇੰਨੀ ਕੁ ਬੇਨਤੀ ਆ ਜਿਹੜਾ ਕੋਈ ਦਾਨੀ ਸੱਜਣਾ ਅਤੇ ਪਾਰਟੀਆਂ ਨੂੰ ਇੰਨੀ ਕੁ ਬੇਨਤੀ ਆ ਦਾਨੀ ਸੱਜਣਾ ਦੀ ਲੋੜ ਨਹੀਂ ਪੈਣੀ ਜੇਕਰ ਤੁਸੀਂ ਇਹਨਾਂ ਦੀ ਬਾਂਹ ਫੜ ਲਓ ਤਾਂ ਬਾਂਹ ਫੜ ਲਓ। ਇੱਕ MLA ਸੀਗਾ ਜਿਹੜਾ ਫਾਜ਼ਿਲਕਾ ਲਾ ਉਹ ਆਪਦਾ ਫਰਜ਼ ਨਿਭਾ ਗਿਆ। ਮੈਂ ਕਹਾਂ ਕਿ ਜੇਕਰ ਇੱਥੇ ਨੇੜੇ ਲੱਗਦੇ MLA ਆ ਉਹ ਇੱਥੇ ਮੈਂ ਕਹਿੰਦਾ 2-2 ਲੱਖ ਰੁਪਈਆ ਹੀ ਦੇ ਜਾਣ ਤਾਂ ਬੜੀ ਮਿਹਰਬਾਨੀ ਆ। ਜਿਹੜਾ ਇੱਥੇ 1 MLA ਆਇਆ ਸੀ ਉਹ ਤਕਰੀਬਨ ਦੂਜਿਆਂ ਨੂੰ ਵੀ ਕਹਿ ਕਵਾ ਕੇ ਇੱਥੇ 2.5 ਲੱਖ ਰੁਪਈਏ ਦੇ ਨੇੜੇ ਤੇੜੇ ਇਕੱਠਾ ਕਰਾ ਕੇ ਦੇ ਗਿਆ। ਅਤੇ ਜੇਕਰ ਅੱਜ ਉਹ ਲੋਕਾਂ 'ਤੇ ਲੱਗ ਜਾਂਦਾ ਹੋਰ ਦੂਜਾ MLA ਆਵੇ ਹੁਣ ਜੇ ਐਲਾਨ ਕਰਕੇ ਜਾਣਾ ਉਹਦਾ ਫਾਇਦਾ ਕੋਈ ਨਹੀਂ। ਪਰ ਉਹ ਮਿੰਟਾਂ ਨੇ ਚੈੱਕ ਹੀ ਵਿਖਾਤੇ ਸੀ ਚੈੱਕ ਵੀ ਇੱਥੇ ਕਿਸੇ ਕੋਲ ਹੈਗਾ ਤਾਂ ਮੈਨੂੰ ਵਿਖਾ ਦਿਓ ਯਾਰ ਹੈਗਾ ਕਿਸੇ ਕੋਲ MLA ਦਾ ਚੈੱਕ ਗੈਲੋ ਉਹ ਨਹੀਂ ਪਾੜਦਾ ਭਰਾ ਕਿਸੇ ਕੋਲ ਹੈਗਾ ਤਾਂ ਵਿਖਾ ਦਿਓ ਗੈਲੋ ਸਰਪੰਚ ਕੋਲ ਤੇ ਜੇਕਰ ਮੈਂ ਇੱਥੇ ਫਿਰ ਤੋਂ ਕਹਿ ਰਿਹਾ ਕਿ ਜਿੰਨੇ MLA ਉਹ ਆਪਦਾ ਫਰਜ਼ ਨਿਭਾ ਦਿਓ ਜੇਕਰ ਇੱਥੇ ਆ ਬੱਲੂਆਣੇ ਵਾਲਾ ਜਾਂ ਹੋਰ ਨੇੜੇ ਤੇੜੇ ਦੇ ਲੱਗਦੇ ਆ ਤੇ ਜਾਖੜਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਵੀ ਭਾਈ ਸਾਹਿਬ ਪਰਮਾਤਮਾ ਸੁਨੀਲ ਜਾਖੜ ਨੂੰ ਕਹਿ ਰਿਹਾ ਪਰਮਾਤਮਾ ਨੇ ਚੰਗਾ ਤੁਹਾਨੂੰ ਰੁਤਬਾ ਦਿੱਤਾ ਚੰਗੀਆਂ ਪਾਰਟੀਆਂ ਦੇ ਵਿੱਚ ਰਹੇ ਆ ਤੁਸੀਂ ਤੇ ਅੱਜ ਤੁਸੀਂ ਵੀ ਆ ਕੇ ਇਹਨਾਂ ਦੀ ਬਾਂਹ ਫੜੋ ਤਾਂ ਕਿ ਜਿਹੜੇ ਲੋਕਾਂ ਨੂੰ ਉਹਨਾਂ ਵਿਚਾਰਿਆਂ ਦੇ ਮਕਾਨ ਜਿਹੜੇ ਡਿੱਗੇ ਆ ਪਰਮਾਤਮਾ ਦੀ ਮਾਰ ਵੱਜੀ ਆ ਤੇ ਉਹ ਤੁਸੀਂ ਹੁਣ ਇਹਨਾਂ ਦੀ ਬਾਂਹ ਫੜੋ ਹੁਣ ਆ ਕੇ ਪਰਮਾਤਮਾ ਨੇ ਤੁਹਾਡੇ ਰਾਹੀਂ ਬਾਂਹ ਫੜਨੀ ਆ ਹੋਰ ਕਿਸੇ ਦੇ ਰਾਹੀਂ ਨਹੀਂ ਫੜਨੀ। ਤੇ ਜੇਕਰ ਕੋਈ ਔਰ ਨਾਲ ਇਹ ਵੀ ਦੱਸ ਦਿੱਗੇ ਜਿਹੜੇ ਇੱਥੇ ਛੱਤਾਂ ਡਿੱਗ ਪਈਆਂ ਸੀ ਕਈ ਲੋਕਾਂ ਦੇ ਉਹ ਛੱਤਾਂ ਡਿੱਗੀਆਂ ਸੀ ਉਹ ਛੱਤਾਂ ਡਿੱਗੀ ਉਹਨਾਂ ਦੇ ਉੱਤੇ ਤੇ ਹਸਪੀਟਲਾਂ ਦੇ ਵਿੱਚ ਪਏ ਆ। ਮੈਂ ਕਹਿੰਦਾ ਜਿਹੜੇ ਉਹ ਪੈਸਿਆਂ ਦੀ ਗੱਲ ਕਰਦੇ ਹੋ ਤਾਂ ਉਹਨਾਂ ਦੇ ਇਲਾਜ 'ਚ ਹੀ ਲੱਗ ਜਾਣੇ ਨੇ ਤੇ ਮੇਰੀ ਇੰਨੀ ਕੁ ਬੇਨਤੀ ਆ ਸਾਰੇ MLA ਬਾਂਹ ਫੜ ਲੈਣ
जिन्हें नेड़े नेड़े दे लगते हैं मैं कहूंगा लगभग 10 तो 11 MLA बांह फड़ने इत्थे तां कि चक की दा सबने दा तनखा चो चेक कट के देता डीसी मैडम तो इना पैसा दवाता सारे का दसा मुड़ के मैं पिंड चो पता किया इतो पिंड चो मैं भी दे के गया या नहीं वह कहते नहीं पैसे दे के गए जेडे नाल दे बंदे आ क्या तुहाडे सामने आ हुण मैं सुखबीर साहब नूं कहना चाहूंगा जिवें इह 84,000 दा चैक आया ये बंदा पहली वारी MLA बनिया ते तुसी इस टाइम 10,00,000 दा चैक कट के जाओ जे तुसी लोकां दे नाल खड़ोगे तां लोक भी तुहाडे तों भज्जणगे नहीं ते जे कर हुण इत्थे मैं किसे नूं गलत बोलिया होवे उहदे वास्ते माफ़ी चाहुंना वाहिगुरू जी का खालसा वाहिगुरू जी की फतह। मैनूं इह वी पता लग्गिया कि उत्थे पंजाब दे मुख्यमंत्री ने आउणा मैं मुख्यमंत्री नूं बेनती करनी चाहुंना कि तुसीं बकैन वाले पिंड ना आओ जेकर तुसीं आए तां तुहाडा गड्डियां दा 4,40,000 रुपए दा तेल बल जाणा क्योंकि 110 गड्डियां तुसीं ना रखदे तुहाडियां विरोधी पार्टियां दसदियां जेकर तुसीं कारां ते ना आए तां हैलीकॉप्टर ते तां वी लखां रुपईआं दा जिहड़ा कह लो तुहाडे ते खर्चा हो ही जाणा तुसीं लखां रुपईआं दा आ के खर्चा ना करो तुसीं आउण दी बजाए आपदे खजाने मंत्री नूं आखो कि इत्थे 15 to 20 lakh रुपया देवे ਤਾਂ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਗਰੀਬ ਲੋਕ ਪਤਾ ਨਹੀਂ ਕਿਵੇਂ ਮਕਾਨ ਪਾਉਂਦੇ ਆ ਜਿਹੜੇ ਗਰੀਬ ਲੋਕਾਂ ਦੇ ਮਕਾਨ ਢੱਠੇ ਆ ਮੈਂ ਗਰੀਬਾਂ ਦੀ ਗੱਲ ਕਰ ਰਿਹਾ ਯਾਦ ਰੱਖੋ ਕਿ ਜਿਹੜੇ ਗਰੀਬ ਲੋਕ ਆ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਮਦਦ ਕਰੋ ਔਰ ਵਿਆਜੂ ਪੈਸੇ ਚੱਕ ਚੱਕ ਕੇ ਮਕਾਨ ਪਾਉਂਦੇ ਆ ਇਹ ਪਰਮਾਤਮਾ ਦੀ ਮਾਰ ਨੇ ਉਹਨਾਂ ਦੇ ਮਕਾਨ ਢਾ ਦਿੱਤੇ ਆ ਕਈਆਂ ਦੇ ਜਿਹੜੇ ਨੁਕਸਾਨ ਹੋ ਚੁੱਕੇ ਆ ਉਹ ਤੁਸੀਂ ਹੁਣ ਪੂਰਾ ਕਰ ਸਕਦੇ ਹੋ ਹੋਰ ਕੋਈ ਨਹੀਂ ਅਤੇ ਮੈਂ ਸਾਰੀਆਂ ਪਾਰਟੀਆਂ ਨੂੰ ਤਾਂ ਕਹਿ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਨੇ ਇਹਨਾਂ ਦੇ ਸਿਰਾਂ ਤੇ ਰਾਜ ਕੀਤਾ ਸੱਤਾ 'ਚ ਨਜ਼ਾਰੇ ਲਏ ਆ ਜੇਕਰ ਸਾਰੇ ਵੀ ਮਦਦ ਕਰ ਦੇਣਗੇ ਕੋਈ ਕਿਸੇ ਨੂੰ ਘਾਟਾ ਨਹੀਂ ਪੈਣਾ ਅਤੇ ਜੇਕਰ ਪੰਜਾਬ ਦੀ ਮੌਕੇ ਦੀ ਸਰਕਾਰ ਸਾਡੇ ਪੰਜਾਬ ਦੇ ਦੁੱਖ ਮੰਤਰੀ ਨੂੰ ਕਹਿ ਰਿਹਾ ਤੁਸੀਂ ਕਹਿੰਦੇ ਹੁੰਦੇ ਕਿ ਮੈਨੂੰ ਦੁੱਖ ਮੰਤਰੀ ਵੀ ਕਹਿ ਸਕਦੇ ਆ ਅਤੇ ਦੁੱਖ ਮੰਤਰੀ ਜੀ ਇੰਨੀ ਕੁ ਬੇਨਤੀ ਆ ਤੁਸੀਂ ਉਹਨਾਂ ਲੋਕਾਂ ਦਾ ਦੁੱਖ ਵੇਖ ਕੇ ਉੱਥੇ ਆਓ ਨਾ ਜਿਹੜੀ ਤੁਸੀਂ ਮੌਕਾ ਵੇਖਣਾ ਮੈਂ ਆ ਵੀਡੀਓ ਦੇ ਵਿੱਚ ਵਿਖਾ ਦੇਊਂਗਾ ਸਾਰਾ ਵਿਖਾ ਹੀ ਦਿੱਤਾ ਤੁਸੀਂ ਇਹ ਵੇਖ ਲਓ ਅਤੇ ਉਹਨਾਂ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਆਉਣ ਦੀ ਬਜਾਏ ਖਜ਼ਾਨੇ ਮੰਤਰੀ ਨੂੰ ਆ ਕੇ ਲੱਖਾਂ ਰੁਪਏ ਉਹਨਾਂ ਨੂੰ ਦੇ ਦਿਓ। ਸਤਿ ਸ਼੍ਰੀ ਅਕਾਲ।